ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਸਾਰਿਆਂ ਦਾ ਅੱਜ ਨਵੇਂ ਵਲੋਗ 'ਚ। ਅਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਚਾਹ ਦਾ ਮਸਾਲਾ, ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਹੁਣ ਅਤੇ ਚਾਹ ਦਾ ਮਸਾਲਾ ਜ਼ਰੂਰੀ ਹੁੰਦਾ ਵਾ। ਅਤੇ ਅਸੀਂ ਇਹੋ ਚਾਹ ਦਾ ਮਸਾਲਾ ਆਪਣੇ ਘਰ ਵਾਸਤੇ ਬਣਾਵਾਂਗੇ ਅਤੇ ਆਪਣੀ ਸ਼ੋਪ 'ਤੇ ਵੇਚਣ ਵਾਸਤੇ ਵੀ ਬਣਾਵਾਂਗੇ। ਅਤੇ ਅਸੀਂ ਇਹਦੇ ਵਿੱਚ ਗਿਆਰਾਂ ਮਤਲਬ ਕਿ ਮਸਾਲੇ ਪਾਉਣ ਜਾ ਰਹੇ ਚਾਹ ਵਾਲੇ। ਅਤੇ ਆ ਜਾਓ ਅੱਜ ਤੁਹਾਨੂੰ ਵੀਡੀਓ ਸਾਂਝੀ ਕਰਦੇ ਹਾਂ, ਵੀਡੀਓ ਐਂਡ ਤੱਕ ਵੇਖਿਓ, ਬੜਾ ਹੀ ਘੈਂਟ ਮਸਾਲਾ ਬਣਾਵਾਂਗੇ। ਸਭ ਤੋਂ ਪਹਿਲਾਂ ਜੀ ਸਾਡੀ ਜਿੰਜਰ ਯਾਨੀ ਸੁੰਡ, ਅਤੇ ਕਲੋਵ ਯਾਨੀ ਲੌਂਗ, ਅਤੇ ਆਹ ਸਾਡੀ ਹੈਗੀ ਹੈ ਜੀ ਕਾਰਡੀਮਮ, ਬਲੈਕ ਕਾਰਡੀਮਮ ਯਾਨੀ ਮੋਟੀ ਇਲਾਚੀ, ਗ੍ਰੀਨ ਕਾਰਡੀਮਮ ਹਰੀ ਇਲਾਚੀ, ਅਤੇ ਸਟਾਰਨੀਸ ਯਾਨੀ ਫੁੱਲ ਜਿਹੜੇ ਹੁੰਦੇ ਆ, ਸਟਾਰ ਫੁੱਲ ਵੀ ਇੰਨੇ ਹੁੰਦੇ ਆ। ਅਤੇ ਇਹ ਹੈਗੀ ਹੈ ਜੀ ਸਾਡੀ ਦਾਲਚੀਨੀ, ਅਤੇ ਇਹ ਹੈਗੀ ਜਲਬੱਤਰੀ, ਅਤੇ ਇਹ ਹੈਗੀ ਕਾਲੀ ਮਿਰਚ, ਅਤੇ ਇਹ ਥੋੜ੍ਹੀ ਜਿਹੀ ਜਵੈਣ ਲਈ ਆ, ਅਤੇ ਇਹ ਸੌਂਫ ਆ ਫੀਨਲ, ਅਤੇ ਆ ਜਿਹਨੂੰ ਨਟ ਮੱਗ ਵੀ ਕਹਿੰਦੇ ਅਸੀਂ ਯਾਨੀ ਉਹ ਕੀ ਹੁੰਦੇ ਆ ਜਾਫਲ, ਦੋ ਕੁ ਪੀਸ ਅਸੀਂ ਜਾਫਲ ਇਹਨੂੰ ਕੱਦੂਕਸ ਕੀਤੇ ਆ। ਅਤੇ ਆਹ ਸਾਰੇ ਮਸਾਲੇ ਤਾਂ ਅਸੀਂ ਚਾਹ ਮਸਾਲਾ ਬਣਾਵਾਂਗੇ। ਅਤੇ ਸੁਨੀਤਾ ਮੈਡਮ ਤਿਆਰ ਆ, ਪਹਿਲਾਂ ਇਹਨੂੰ ਰੋਸਟਡ ਕਰਾਂਗੇ ਅਸੀਂ ਸਾਰੇ ਸਮਾਨ ਨੂੰ, ਅਤੇ ਫਿਰ ਇਹਦਾ ਚਾਹ ਮਸਾਲਾ ਬਣਾਵਾਂਗੇ। ਅਤੇ ਸਾਡਾ ਪੈਨ ਹੋ ਚੁੱਕਾ ਗਰਮ, ਅਤੇ ਸਾਰੇ ਮਸਾਲੇ ਵਿੱਚ ਪਾਵਾਂਗੇ ਅਤੇ ਹਲਕੇ ਜਿਹੇ ਰੋਸਟ ਕਰਨੇ ਇਹਨਾਂ ਨੂੰ। ਅਤੇ ਸਾਡੀ ਗਈ ਜੀ ਸੌਂਫ, ਜਦੋਂ ਵੀ ਮਸਾਲੇ ਲੈਣੇ ਨਾ ਸਾਰੇ ਵਧੀਆ ਕੁਆਲਿਟੀ ਦੇ ਲੈਣੇ ਆ। ਅੱਜ ਜਿੰਨੇ ਵੀ ਮਸਾਲੇ ਤੁਸੀਂ ਵੇਖ ਸਕਦੇ ਅਸੀਂ ਬਹੁਤ ਹੀ ਵਧੀਆ ਕੁਆਲਿਟੀ ਦੇ ਲਏ ਆ। ਸੌਂਫ ਵੇਖੋ ਤੁਸੀਂ, ਇਹ ਥੋੜ੍ਹੇ ਮਹਿੰਗੇ ਜ਼ਰੂਰ ਆ ਪਰ ਸਾਰੇ ਹੀ ਵਧੀਆ ਕੁਆਲਿਟੀ ਦੇ ਆ। ਸੌਂਫ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਆ, ਇੱਕ ਤਾਂ ਨਾ ਭੁੱਖ ਵੀ ਚੰਗੀ ਲੱਗਣ ਲੱਗ ਪੈਂਦੀ ਆ, ਦੂਸਰੇ ਦਿਲ ਦੀਆਂ ਬਿਮਾਰੀਆਂ ਤੋਂ, ਦਿਮਾਗ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਆ। ਅਤੇ ਜਲਬੱਤਰੀ ਅਤੇ ਸਬਜ਼ੀਆਂ ਦੇ ਮਸਾਲੇ ਵੀ ਯੂਜ਼ ਕੀਤੀ ਜਾਂਦੀ ਹੈ, ਇਹਦੀ ਸਮੈਲ ਬਹੁਤ ਹੀ ਪਿਆਰੀ ਹੁੰਦੀ ਆ ਜਦੋਂ ਇਹ ਮਤਲਬ ਕਿ ਵਿੱਚ ਪਾਈ ਦੀ ਆ, ਬਹੁਤ ਹੀ ਸਬਜ਼ੀਆਂ 'ਚ ਪਾਓ ਤਾਂ ਬਹੁਤ ਹੀ ਵਧੀਆ ਸਮੈਲ ਆਉਂਦੀ ਆ। ਅਤੇ ਇਹਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ, ਅਤੇ ਫਿਰ ਭਾਵੇਂ ਜਦੋਂ ਰੋਸਟ ਕਰਨ ਤੋਂ ਬਾਅਦ ਇਹਨੂੰ ਤੁਸੀਂ 3-4-5 ਮਹੀਨੇ 6 ਮਹੀਨੇ ਜਦੋਂ ਤੱਕ ਮਰਜ਼ੀ ਰੱਖੋ, ਇਹ ਖਰਾਬ ਨਹੀਂ ਹੋਊਗਾ ਮਸਾਲਾ। ਮੈਨੂੰ ਮਸਾਲਾ ਬਣਾਉਂਦਾ ਤਾਂ ਅਤੇ ਆਪ ਜਾ ਕੇ ਅੰਦਰ ਆਰਾਮ ਨਾਲ ਟੀ ਵੀ ਵੇਖਣ ਦੀ ਮੈਡਮ ਆਖ। ਮੈਡਮ ਮਸਾਲਾ ਚਲੋ ਕਿ ਫਿਰ ਹੁਣ ਕਿਸ ਤਰ੍ਹਾਂ ਠੰਡਾ ਹੋ ਗਿਆ, ਭੁੱਜ ਭੁੱਜ ਗਿਆ ਉਹ, ਜਿਸ ਤਰ੍ਹਾਂ ਮਤਲਬ ਕਿ ਮਾੜਾ ਜਿਹਾ ਰੋਸਟ ਕੀਤਾ ਉਹਨੂੰ ਅਤੇ ਠੰਡਾ ਵੀ ਹੋ ਗਿਆ ਉਹ। ਇਹ ਬਸ ਜਾਫਲ ਜਿਹੜੇ ਸਾਬਤ ਜਾਫਲ ਇਹਨਾਂ ਦੇ ਵਿੱਚ ਪਾਏ ਬਿਲੀਕਚ ਕਰਕੇ ਆਇਆ। ਮਿਕਸੀ ਬੜੀ ਦੂਰ ਰੱਖੀ,
ਮਸਾਲਾ ਅਸੀਂ ਪੀ ਲਿਆ ਅਤੇ ਹੁਣ ਮਸਾਲਾ ਬਿਲਕੁਲ ਐਂ ਪੀਸ ਗਿਆ ਵਾ ਅਤੇ ਸਮੈਲ ਬੜੀ ਵਧੀਆ ਆਉਂਦੀ ਆ ਅਤੇ ਨਾ ਮੇਰਾ ਇਰਾਦਾ ਕਿ ਥੋੜ੍ਹੀ ਜਿਹੀ ਚਾਹ ਬਣਾਏ ਨਾ ਟੇਸਟ ਕਰਕੇ ਟੇਸਟ ਕਰਕੇ ਵੇਖ ਲੈਂਦੇ ਨਾ ਪਾ ਲਾ ਸਵੇਰੇ ਕਿੰਨੇ ਵੇਖੀ ਆ ਮਸਾਲਾ ਤਿਆਰ ਹੋ ਗਿਆ ਇਹਨੂੰ ਹੁਣ ਚੱਜ ਦੇ ਕੰਟੇਨਰ 'ਚ ਪਾ ਲਿਓ ਨਾ ਇੱਧਰ ਚਾਹ ਵੀ ਧਰਦੀ ਆ ਥੋੜ੍ਹੀ ਜਿਹੀ ਮਾੜੀ ਜਿਹੀ ਬਣਾਉਣੀ ਆ ਇੱਕ ਇੱਕ ਕੱਪ ਅਤੇ ਟੇਸਟ ਕਰਕੇ ਉਹਦੇ ਨਾਲ ਕਿਹੋ ਜਿਹਾ ਟੇਸਟ ਕਰਦਾ ਇਹ ਸਿਰਫ ਇੰਨਾ ਕੁ ਮਸਾਲਾ ਪਾਉਣਾ ਮਾੜਾ ਜਿਹਾ ਇੰਨਾ ਚਾਹ ਬੜੀ ਘੈਂਟ ਬਣ ਜਾਣੀ ਆ ਚਾਹ ਸਾਡੀ ਤਿਆਰ ਹੋ ਗਈ ਹੁਣ ਟੇਸਟ ਕਰਕੇ ਵੇਖਦੇ ਕਿਹੋ ਜਿਹੀ ਕਰੇ ਟੇਸਟ ਲੈ ਕਰ ਲਾ ਟੇਸਟ ਕੀ ਹੋ ਗਿਆ ਟੇਸਟ ਹੀ ਦੱਸਣਾ ਪੂਰੀ ਟੇਸਟ ਹੀ ਬਣੀ ਸਮੈਲ ਹੁੰਦੀ ਵਧੀਆ ਦੋਸਤੋ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਫਿਰ ਮਿਲਾਂਗੇ ਕੱਲ੍ਹ ਨਵੇਂ ਵਲੋਗ 'ਚ ਬਾਏ ਬਾਏ।